ਜੀ ਤੁਹਾਡਾ? ਮੇਰਾ ਨਾਮ ਜੀ ਗੁਰਦੇਵ। ਹਾਂਜੀ ਗੁਰਦੇਵ। ਗੁਰਦੇਵ ਗੁਰਦੇਵ ਲੱਗਾ ਜੀ ਸਾਨੂੰ, ਅਸੀਂ ਪਰਿਵਾਰ ਦੇ ਸਾਰੇ ਜਿਹੇ ਬੈਠੇ ਸੀ, ਇਸ ਤਰ੍ਹਾਂ ਗੱਡੀ ਆਈ ਅੱਗੇ, ਸਾਨੂੰ ਇੱਦਾਂ ਨਹੀਂ ਪਤਾ ਲੱਗਾ ਜੀ ਕੀ ਹੋਇਆ, ਕੀ ਸਿਸਟਮ ਹੈ, ਇੱਕ ਮਰ ਗਿਆ ਨੌ ਦਾ ਦਾ ਉਸ ਤੋਂ ਬਾਅਦ ਮੈਂ ਕੁਛ ਸਾਨੂੰ ਪਤਾ ਨਹੀਂ ਲੱਗਾ ਜੀ, ਸਾਨੂੰ ਹਸਪੀਟਲ ਲੈਣ ਦਾ ਪੰਜਾਬ ਤੋਂ ਜੀ। ਠੀਕ, ਕਿੰਨੇ ਜਣੇ ਸੀ? ਅਸੀਂ ਹਾਂਜੀ ਪੰਜ ਜਾਣੇ ਜੀ। ਪੰਜ ਕਿੱਥੇ ਚਲੇ ਸੀਗੇ? ਅਸੀਂ ਚਲੇ ਸੀ ਮਲਕਪੁਰ ਤੋਂ ਪਠਾਨਕੋਟ, ਅੰਮ੍ਰਿਤਸਰ ਚਲੇ ਸੀ ਕੈਮਰੇ ਦੀ ਸਰਵਿਸ ਔਰ ਦਵਾਈ ਲਿਆਉਣ ਵਾਸਤੇ। ਸਾਨੂੰ ਪਤਾ ਨਹੀਂ ਇਸ ਹਿਸਾਬ ਨਾਲ ਸਾਡੇ ਨਾਲ ਆਉਣਾ, ਅਸੀਂ ਵੀ ਬਿਲਕੁਲ ਠੀਕ ਹੀ, ਜਿਹੜੀ ਦੂਸਰੀ ਸਾਈਡ ਤੋਂ ਗੱਡੀ ਆ ਰਹੀ ਉਹ ਫਾਸਟ ਹੀ, ਪਤਾ ਨਹੀਂ ਉਹਦਾ ਟਾਇਰ ਲੀਕ ਆ ਨਹੀਂ, ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਜਦੋਂ ਵੱਜ ਗਈ ਸਾਡੀ ਗੱਡੀ ਦੇ ਘੁੰਮ ਕੇ, ਸਾਨੂੰ ਤਾਂ ਅਸੀਂ ਦੇ ਵਿੱਚ ਹੀ ਰਹੇ, ਉਸ ਤੋਂ ਬਾਅਦ ਸਾਨੂੰ ਕੁਛ ਨਹੀਂ ਪਤਾ ਲੱਗਾ ਕਿ ਕੀ ਕਰ ਸਕਦਾ। ਭਾਜੀ ਕੀ ਨਾਮ ਆਪਣਾ? ਹਰੀਸ਼ ਕੁਮਾਰ। ਹਰੀਸ਼ ਕੁਮਾਰ ਜੀ, ਕੀ ਗੱਲ ਹੋਈ ਹੈ, ਤੁਸੀਂ ਕਿੱਥੋਂ ਆਏ ਸੀ ਅਤੇ ਕਿੱਥੇ ਚਲੇ ਸੀ? ਸਰ ਪਠਾਨਕੋਟ ਆਏ ਮਲਕਪੁਰੋਂ ਅਤੇ ਅੰਮ੍ਰਿਤਸਰ ਚਲੇ। ਅੰਮ੍ਰਿਤਸਰ ਕਾਰ 'ਚ ਸੀਗੇ? ਹਾਂਜੀ ਆਪਣੀ ਗੱਡੀ। ਆਪਣੀ ਗੱਡੀ, ਅਤੇ ਕਿੱਦਾਂ ਇਹ ਐਕਸੀਡੈਂਟ ਹੋਇਆ ਤੁਹਾਡਾ? ਸਰ ਮੈਨੂੰ ਪਤਾ ਨਹੀਂ, ਕਿਉਂਕਿ ਮੈਂ ਅਤੇ ਜੇ ਲੇਟ ਹੋਇਆ, ਮੈਂ ਤਾਂ ਬੇਹੋਸ਼ ਹੋ ਗਿਆ ਜੀ, ਇੱਥੇ ਆ ਕੇ ਮੈਨੂੰ ਹੋਸ਼ ਆਈ। ਕਦੋਂ ਨਾ ਵੱਜੀ ਗੱਡੀ? ਸਰ ਮੈਨੂੰ ਤਾਂ ਉਹ ਵੀ ਨਹੀਂ ਪਤਾ, ਕਿਉਂਕਿ ਭਾਅ ਜੀ ਚਲਾ ਰਹੇ, ਭਾਅ ਜੀ ਨੂੰ ਪਤਾ ਕਹਿ ਦਿੰਦਾ ਵੱਜੀ ਕਹਿ ਦਿੰਦੀ। ਕਿੰਨੇ ਜਣੇ ਸੀ ਤੁਸੀਂ ਗੱਡੀ? ਪੰਜ ਜਣੇ ਸੀ ਸਰ। ਪੰਜ ਜਣੇ, ਕੌਣ ਕੌਣ ਸੀ? ਸਰ ਮੈਂ, ਮੇਰਾ ਭਰਾ, ਭਾਬੀ ਅਤੇ ਉਹਦਾ ਬੇਟਾ ਅਤੇ ਇੱਕ ਭਾਅ ਜੀ ਹੋਰ ਹੀ ਮਿਲਣਾ। ਠੀਕ। ਡਾਕਟਰ ਗੁਰਸ਼ਰਨ ਸਿੰਘ। ਹਾਂਜੀ ਡਾਕਟਰ ਸਾਹਿਬ, ਅੱਜ ਇੱਕ ਐਕਸੀਡੈਂਟ ਹੋਇਆ ਵਾ ਅਤੇ ਸਾਡੇ ਕੋਲ ਆਈ ਆ ਜੀ ਜ਼ਖਮੀ, ਇਹਦੇ ਵਿੱਚ ਸੱਤ ਜਣੇ ਸੀ ਅਤੇ ਇੱਕ ਸਾਡੇ ਕੋਲ ਬਰੋਡ ਡੈਡ ਬੋਡੀ ਆਈ ਸੀ ਸਾਡੇ ਕੋਲ। ਇਹ ਜਿਹੜਾ ਐਕਸੀਡੈਂਟ ਜਿੱਦਾਂ ਦੱਸ ਰਹੇ ਆ ਉਹ ਹੋਇਆ ਨਸ਼ਹਿਰੇ ਲਾਗੇ ਹੋਇਆ ਵਾ, ਐਂਡ ਉਹਦੇ ਵਿੱਚੋਂ ਜਿਹੜੇ ਸੱਤ ਸੀ ਜ਼ਖਮੀ, ਉਹਨਾਂ ਵਿੱਚ ਦੋ ਅੰਮ੍ਰਿਤਸਰ ਰੈਫਰ ਕਰਦੇ ਨੇ ਅਤੇ ਪੰਜ ਇੱਥੇ ਨੇ ਸਾਡੇ ਕੋਲ। ਅਤੇ ਜਿਹਨਾਂ ਦੀ ਡੈਥ ਹੋਈ ਉਹਨਾਂ ਦਾ ਕੀ ਨਾਮ ਆ? ਉਹਨਾਂ ਦਾ ਨਾਮ ਰਾਕੇਸ਼ ਕੁਮਾਰ ਹੈ ਜੀ ਉਹਨਾਂ ਦਾ। ਭਾਜੀ ਤੁਹਾਡਾ? ਮੇਰਾ ਨਾਮ ਜੀ ਗੁਰਦੇਵ। ਹਾਂਜੀ ਗੁਰਦੇਵ। ਗੁਰਦੇਵ ਗੁਰਦੇਵ ਲੱਗਾ ਜੀ ਸਾਨੂੰ, ਅਸੀਂ ਪਰਿਵਾਰ ਦੇ ਸਾਰੇ ਜਿਹੇ ਬੈਠੇ ਸੀ, ਇਸ ਤਰ੍ਹਾਂ ਗੱਡੀ ਆਈ ਅੱਗੇ, ਸਾਨੂੰ ਇੱਦਾਂ ਨਹੀਂ ਪਤਾ ਲੱਗਾ ਜੀ ਕੀ ਹੋਇਆ, ਕੀ ਸਿਸਟਮ ਹੈ, ਉਸ ਤੋਂ ਬਾਅਦ ਮੈਂ ਕੁਛ ਸਾਨੂੰ ਪਤਾ ਨਹੀਂ ਲੱਗਾ ਜੀ, ਸਾਨੂੰ ਹੋਸਪਿਟਲ ਲੈਣ ਦਾ ਪੰਜਾਬ ਤੋਂ ਜੀ। ਅਤੇ ਕਿੰਨੇ ਜਣੇ ਸੀ? ਅਸੀਂ ਹਾਂਜੀ ਪੰਜ ਜਾਣੇ ਜੀ। ਪੰਜ ਕਿੱਥੇ ਚਲੇ ਸੀਗੇ? ਅਸੀਂ ਚਲੇ ਸੀ ਮਲਕਪੁਰ ਤੋਂ ਪਠਾਨਕੋਟ, ਅੰਮ੍ਰਿਤਸਰ ਚਲੇ ਸੀ ਕੈਮਰੇ ਦੀ ਸਰਵਿਸ ਔਰ ਦਵਾਈ ਲਿਆਉਣ ਵਾਸਤੇ। ਸਾਨੂੰ ਪਤਾ ਹੀ ਨਹੀਂ ਇਸ ਹਿਸਾਬ ਨਾਲ ਸਾਡੇ ਨਾਲ ਆਉਣਾ, ਅਸੀਂ ਵੀ ਬਿਲਕੁਲ ਠੀਕ ਹੀ, ਜਿਹੜੀ ਦੂਸਰੀ ਸਾਈਡ ਤੋਂ ਗੱਡੀ ਆ ਰਹੀ ਉਹ ਫਾਸਟ ਹੀ, ਪਤਾ ਨਹੀਂ ਉਹਦਾ ਟਾਇਰ ਲੀਕ ਆ ਨਹੀਂ, ਸਾਨੂੰ ਤਾਂ ਪਤਾ ਹੀ ਲੱਗਾ ਜਦੋਂ ਵੱਜ ਗਈ ਸਾਡੀ ਗੱਡੀ ਦੇ ਘੁੰਮ ਕੇ, ਸਾਨੂੰ ਤਾਂ ਅਸੀਂ ਦੇ ਵਿੱਚ ਹੀ ਰਹੇ, ਉਸ ਤੋਂ ਬਾਅਦ ਸਾਨੂੰ ਕੁਛ ਨਹੀਂ ਪਤਾ ਲੱਗਾ ਕਿ ਕੀ ਕਰ ਸਕਦਾ। ਭਾਜੀ ਕੀ ਨਾਮ ਆਪਣਾ? ਹਰੀਸ਼ ਕੁਮਾਰ। ਹਰੀਸ਼ ਕੁਮਾਰ ਜੀ, ਕੀ ਗੱਲ ਹੋਈ ਹੈ, ਤੁਸੀਂ ਕਿੱਥੋਂ ਆਏ ਸੀ ਅਤੇ ਕਿੱਥੇ ਚਲੇ ਸੀ? ਸਰ ਪਠਾਨਕੋਟ ਆਏ ਮਲਕਪੁਰੋਂ ਅਤੇ ਅੰਮ੍ਰਿਤਸਰ ਚਲੇ। ਅੰਮ੍ਰਿਤਸਰ? ਹਾਂਜੀ। ਕਾਰ 'ਚ ਸੀਗੇ? ਹਾਂਜੀ ਆਪਣੀ ਗੱਡੀ। ਆਪਣੀ ਗੱਡੀ, ਅਤੇ ਕਿੱਦਾਂ ਇਹ ਐਕਸੀਡੈਂਟ ਹੋਇਆ ਤੁਹਾਡਾ? ਸਰ ਮੈਨੂੰ ਪਤਾ ਨਹੀਂ, ਕਿਉਂਕਿ ਮੈਂ ਅਤੇ ਜੇ ਲੇਟ ਹੋਇਆ, ਮੈਂ ਤਾਂ ਬੇਹੋਸ਼ ਹੋ ਗਿਆ ਜੀ, ਇੱਥੇ ਆ ਕੇ ਮੈਨੂੰ ਹੋਸ਼ ਆਈ। ਕਦੋਂ ਨਾ ਵੱਜੀ ਗੱਡੀ? ਸਰ ਮੈਨੂੰ ਤਾਂ ਉਹ ਵੀ ਨਹੀਂ ਪਤਾ, ਕਿਉਂਕਿ ਭਾਅ ਜੀ ਚਲਾ ਰਹੇ, ਭਾਅ ਜੀ ਨੂੰ ਪਤਾ ਕਹਿ ਦਿੰਦਾ ਵੱਜੀ ਕਹਿ ਦਿੰਦੀ। ਕਿੰਨੇ ਜਣੇ ਸੀ ਤੁਸੀਂ ਗੱਡੀ? ਪੰਜ ਜਣੇ ਸੀ ਸਰ। ਪੰਜ ਜਣੇ, ਕੌਣ ਕੌਣ ਸੀ? ਸਰ ਮੈਂ, ਮੇਰਾ ਭਰਾ, ਭਾਬੀ ਅਤੇ ਉਹਦਾ ਬੇਟਾ ਅਤੇ ਇੱਕ ਭਾਅ ਜੀ ਹੋਰ ਹੀ ਮਿਲਣਾ। ਠੀਕ। ਡਾਕਟਰ ਗੁਰਸ਼ਰਨ ਸਿੰਘ। ਹਾਂਜੀ ਡਾਕਟਰ ਸਾਹਿਬ, ਅੱਜ ਇੱਕ ਐਕਸੀਡੈਂਟ ਹੋਇਆ ਵਾ ਅਤੇ ਸਾਡੇ ਕੋਲ ਆਈ ਆ ਜੀ ਜ਼ਖਮੀ, ਇਹਦੇ ਵਿੱਚ ਸੱਤ ਜਣੇ ਸੀ ਅਤੇ ਇੱਕ ਸਾਡੇ ਕੋਲ ਬਰੋਡ ਡੈਡ ਬੋਡੀ ਆਈ ਸੀ ਸਾਡੇ ਕੋਲ। ਇਹ ਜਿਹੜਾ ਐਕਸੀਡੈਂਟ ਜਿੱਦਾਂ ਦੱਸ ਰਹੇ ਆ ਉਹ ਹੋਇਆ ਨਸ਼ਹਿਰੇ ਲਾਗੇ ਹੋਇਆ ਵਾ, ਐਂਡ ਉਹਦੇ ਵਿੱਚੋਂ ਜਿਹੜੇ ਸੱਤ ਸੀ ਜ਼ਖਮੀ, ਉਹਨਾਂ ਵਿੱਚ ਦੋ ਅੰਮ੍ਰਿਤਸਰ ਰੈਫਰ ਕਰਦੇ ਨੇ ਅਤੇ ਪੰਜ ਇੱਥੇ ਨੇ ਸਾਡੇ ਕੋਲ। ਅਤੇ ਜਿਹਨਾਂ ਦੀ ਡੈਥ ਹੋਈ ਉਹਨਾਂ ਦਾ ਕੀ ਨਾਮ ਆ? ਉਹਨਾਂ ਦਾ ਨਾਮ ਰਾਕੇਸ਼ ਕੁਮਾਰ ਹੈ ਜੀ ਉਹਨਾਂ ਦਾ। ਰੋਂਦੇ ਰੋਂਦੇ ਆਓਗੇ ਤੇ ਹੱਸਦੇ ਹੱਸਦੇ ਚਾਹੋਗੇ, ਮਾਂ ਕਾਲੀ ਉਪਾਸਕ ਐਮ ਕੇ ਆਚਾਰਿਆ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਗਰੰਟਿਡ ਕਰਵਾਓ। ਸਮੱਸਿਆ ਜਿਵੇਂ ਲਵ ਮੈਰਿਜ, ਵਸ਼ੀਕਰਨ ਕਰਨਾ ਜਾਂ ਤੁੜਵਾਉਣਾ, ਗ੍ਰਹਿ ਕਲੇਸ਼,
नौकरी कारोबार सौतन दुश्मन तो छुटकारा लॉटरी नंबर होवे लॉटो मैक्स या फिर होवे 649 संतान प्राप्ति बच्चा दा कहने तो बार होना विदेश यात्रा पीआर दे विच रुकावट मैं थोड़ा विश्वास टूटन नहीं देवांगा हर जगह तो धोखा खा चुके दुखी भैन भरा एक बार जरूर फोन करो।